ਪਰ ਇਹਨਾਂ ਨੂੰ ਹਟਾਉਣ ਵਾਲੀ ਇੱਕੋ ਚੀਜ਼ ਹੈ ਗੁਰਸਿੱਖ ਪਿਆਰਿਓ, ਉਹ ਹੈ ਗੁਰੂ ਦਾ ਸ਼ਬਦ। ਵਾਹਿਗੁਰੂ ਉਹ ਸ਼ਬਦ ਦਾ ਲੜ ਪੜ ਲਿਆ, ਗੁਰੂ ਦਾ ਲੜ ਪੜ ਲਿਆ। 5 ਸਾਲ ਦੇ ਧਰੂਵ ਨੂੰ ਬਚਪਨ ਪਾਈ, 6 ਸਾਲ ਦੇ ਪ੍ਰਹਿਲਾਦ ਨੂੰ ਬਚਪਨ ਪਾਈ, ਇੰਨੇ ਕਸ਼ਟ। ਗੁਰਸਿੱਖ ਪਿਆਰਿਓ ਫਿਰ ਬਿਰਧ ਅਵਸਥਾ 70 ਸਾਲ ਦੀ ਉਮਰ ਗੁਰੂ ਅਮਰਦਾਸ ਮਹਾਰਾਜ ਦੀ, 250 ਕੋਹ ਨਿੱਤ ਜਾਣਾ ਗਾਗਰ ਲਿਆਉਣੀ ਪਾਣੀ ਦੀ ਹਨੇਰੇ ਵਿੱਚ, 80 ਸਾਲ ਤੱਕ ਇਹ ਸੇਵਾ ਕੀ। ਗੁਰਸਿੱਖ ਪਿਆਰਿਓ ਪਰ ਅਵਸਥਾ ਐਸੀ ਹੈ ਸੰਸਾਰ ਦੀ, ਕਈ ਜੀਵ ਐਸੇ ਆਉਂਦੇ ਨੇ ਸੰਸਾਰ ਵਿੱਚ, ਉਹ ਜੰਮਦੇ ਹੀ ਬਿਰਧ ਹੁੰਦੇ ਨੇ, ਬਾਲ ਹੁੰਦੇ। ਕਈ ਐਸੇ ਵੀ ਆਉਂਦੇ ਨੇ ਉਹ ਬਿਰਧ ਹੋ ਕੇ ਵੀ ਬਿਰਧ ਨਹੀਂ ਹੁੰਦੇ, ਉਹਨਾਂ ਦੇ ਜੀਵਨ ਦੇ ਕੰਮ ਬਿਰਧ ਅਵਸਥਾ ਵਿੱਚ ਵੀ ਗਲਤੇ ਰਹਿੰਦੇ ਨੇ। ਅੱਜ ਕੇ ਕੋਈ ਬਿਰਲੇ ਆਉਂਦੇ ਨੇ ਜਿਹੜੇ ਬਚਪਨ ਵਿੱਚ ਹੀ ਬਿਰਧ ਹੁੰਦੇ, ਉਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਚਪਨ ਵਿੱਚ ਹੀ ਬਾਲ ਬੈਸ ਬਿਰਧ ਬੋਧ ਦਿੱਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਉਹ ਰਾਮ ਰਾਏ ਨੂੰ ਫਿਰ 3 ਚੀਜ਼ਾਂ ਮਿਲ ਗਈਆਂ, ਬਾਦਸ਼ਾਹ ਦੇ ਦਰਬਾਰ ਚੋਂ ਇੱਜ਼ਤ ਧਨ ਮਿਲਣ ਲੱਗ ਗਿਆ, ਜਵਾਨੀ ਸੀ ਗੁਰਸਿੱਖ ਪਿਆਰੇ, 3 ਜਿੱਥੇ ਇਕੱਠੀਆਂ ਹੋ ਗਈਆਂ ਫਿਰ ਸਾਹਮਣਾ ਔਖਾ ਹੀ। ਬਸ ਫਿਰ ਇੱਛਾ ਹੋ ਗਈ ਹੁਣ ਬਾਦਸ਼ਾਹ ਤੋਂ ਖਰਾਇਤ ਲਈਏ, ਜਗੀਰਾਂ ਲਈਏ, ਇਹਨੂੰ ਖੁਸ਼ ਕਰੀਏ। 72 ਤਾਂ ਮੋਟੀਆਂ ਕਰਾਮਾਤਾਂ ਨੇ ਗੁਰਮੁਖੋ, 300 ਦੇ ਨੇੜੇ ਕਰਾਮਾਤ ਦਿਖਾਈਏ ਰਾਮ ਰਾਏ। ਸਾਰਿਆਂ ਤੋਂ ਪਹਿਲਾਂ ਦਿੱਲੀ ਵੜੋਗੇ ਗੁਰਦੁਆਰਾ ਮਜਨੂੰ ਟਿੱਲਾ, ਜੇ ਬੱਸ ਸਟੈਂਡ ਨੂੰ ਜਾਈਏ ਆਪਾਂ ਰਿੰਗ ਰੋਡ 'ਤੇ ਮਜਨੂੰ ਟਿੱਲਾ, ਜਿੱਥੇ ਮਜਨੂੰ ਫਕੀਰ ਰਹਿੰਦਾ ਹੁੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਮਿਲੇ, ਗਵਾਲੀਅਰ ਜਾਂਦੇ 6ਵੇਂ ਪਾਤਸ਼ਾਹ ਵੀ ਇੱਥੇ ਰਹੇ, ਇੱਥੇ ਹੀ ਪਰਖ ਹੋਈ ਸੀ ਰਾਮ ਰਾਏ ਦੀ। ਖੂਹ ਹੈਗਾ ਹੁਣ ਵੀ ਉੱਥੇ ਜਲ ਸਕਿਓ ਮਜਨੂੰ ਟਿੱਲਾ, ਉਸ ਖੂਹ ਦੇ ਉੱਤੇ ਚਾਦਰ ਪਾ ਦਿੱਤੀ ਅਤੇ ਰਾਮ ਰਾਏ ਜੀ ਨੂੰ ਹੁਕਮ ਕਰਤਾ ਇਹਦੇ ਉੱਤੇ ਬੈਠੋ, ਤੁਹਾਡੇ ਖਾਤਰ ਆਸਣ ਲਾਇਆ। ਚਾਦਰ 'ਤੇ ਬੈਠ ਗਈ, ਬੈਠ ਗਏ ਕਿੱਥੇ ਹਿੱਲੇ, ਗੁਰੂ ਦਾ ਸ਼ਬਦ ਨਾਲ ਤੇਰੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ। ਗੁਰਸਿੱਖ ਪਿਆਰਿਓ ਉਹ ਕਰਾਮਾਤਾ ਫਿਰ ਮਨ ਵਿੱਚ ਖਿਆਲ ਆ ਗਿਆ, ਕਿਸੇ ਗੱਲ ਤੋਂ ਬਾਦਸ਼ਾਹ ਨਾਰਾਜ਼ ਨਾ ਹੋ ਜਾਵੇ, ਮੈਨੂੰ ਭੀੜ ਵੀ ਬਣ ਸਕਦੀ ਹੈ, ਮੇਰੀ ਜਗੀਰ ਵੀ ਜਾ ਸਕਦੀ, ਫਿਰ ਤੁਹਾਨੂੰ ਸਭ ਨੂੰ ਮੈਂ ਪਤਾ ਹੈ ਬਾਣੀ ਦੇ ਯਾਰ ਚੋਟ ਕਰ। ਔਰੰਗਜ਼ੇਬ ਕਹਿੰਦਾ ਤੁਸੀਂ ਤਾਂ ਸਾਂਝੇ ਗੁਰੂ ਪੀਰ ਹੋ, ਗੁਰੂ ਨਾਨਕ ਸਭ ਦਾ ਸਿੰਘ, ਪਰ ਮੁਸਲਮਾਨਾਂ 'ਤੇ ਟੀਕਾ ਟਿੱਪਣੀ ਕਿਉਂ ਕੀਤੀ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਪਵਿਹਾਰ, ਇਹ ਟੀਕਾ ਟਿੱਪਣੀ ਕਿਉਂ ਕੀਤੀ। ਉੱਥੇ ਫਿਰ ਗੁਰੂ ਨੂੰ ਭੁੱਲ ਗਿਆ ਰਾਮ, ਸ਼ਾਮ ਦੀ ਬਣ ਗਿਆ, ਕਹਿ ਦਿੱਤਾ ਇਹ ਗਲਤ ਲਿਖ ਹੋ ਗਿਆ, ਸਰਪਾਠ ਹੈ ਮਿੱਟੀ ਪਈ ਮਾਨ ਪੇੜੇ ਪਈ। ਜੇ ਤਾਂ ਗੁਰੂ ਯਾਦ ਹੁੰਦਾ ਫਿਰ ਤਾਂ ਇਹਦੇ ਅਸਲੀ ਅਰਥ ਕਰਕੇ ਦੱਸਦਾ, ਅਸਲੀ ਅਰਥ ਮੁਸਲਮਾਨ ਨਹੀਂ ਹੈ ਪ੍ਰੇਮੀਓ, ਫਿਰ ਤੁਸੀਂ ਵੀ ਨਾ ਸਮਝ ਬੈਠੇ ਮੁਸਲਮਾਨਾਂ ਨੂੰ ਡਿੱਗੇ। ਮੁਸਲਮਾਨਾਂ ਨੂੰ ਤਾਂ ਸਾੜਦੇ ਹੀ ਨਹੀਂ ਹੈ, ਤਾਂ ਦੱਬਦੇ ਪੇੜੇ ਪਈ ਘੁਮਿਆਰ, ਸਾੜਦੇ ਤਾਂ ਆਪਾਂ ਨੂੰ, ਜੇ ਉਹਦਾ ਸਰੀਰ ਸੜੂਗਾ ਵੀ ਮਿੱਟੀ 'ਚ ਤਾਂ ਮਹੀਨਿਆਂ ਬਾਅਦ ਸੜੂਗਾ, ਆਪਾਂ ਨੂੰ ਤਾਂ 5 ਮਿੰਟ ਵੀ ਨਹੀਂ ਲੱਗਦੇ। ਅੱਜ ਕਹੇ ਖੁਸ਼ ਫਿਰ ਆਪਣਾ, ਜੇ ਆਪਣੀ ਮਿੱਟੀ ਸੜੀ ਹੋਈ ਕਿਸੇ ਘੁਮਿਆਰ ਕੋਲ ਜਾਊਗੀ ਉਹ ਫਿਰ ਆਵੇ ਅਤੇ ਸੜੂਗੀ ਗੁਰਸਿੱਖ। ਹੁਣ ਇੱਥੇ ਇਹ ਨਹੀਂ ਹੈ ਅਰਥ, ਅਸਲ ਹੈ ਮਿੱਟੀ ਮੂਸਲ ਮਾਣ ਕੀ। ਉਹ ਬੰਦਿਆ ਤੇਰਾ ਸਰੀਰ ਮਿੱਟੀ ਦਾ ਮੂਸਲ ਹੈ, ਇਹਦਾ ਮਾਣ ਨਹੀਂ ਕਰੀਦਾ। ਭਾਵ ਅਰਥ ਹੈ ਇੱਕ ਬ੍ਰਹਮਾ ਰੂਪੀ ਘੁਮਿਆਰ ਦੇ ਆਵੇ ਵਿੱਚ ਪੈ ਕੇ ਪੱਕੀ ਮਿੱਟੀ ਮੂਸਲ
ਮਿੱਟੀ ਦਾ ਮੁਸਲਾ ਆਪਣਾ ਸਰੀਰ ਹੋ ਰਿਹਾ ਕੀ ਇੱਥੇ ਗੁਰਸਿੱਖ ਇਹਦਾ ਮਾਣ ਕੀ ਪਰ ਨਹੀਂ ਖੁਸ਼ਾਮਦੀ ਬੰਦਾ ਕਿੱਥੇ ਜਲਾਲਤ ਆ ਜਾਂਦੀ ਉਹਦੇ ਹੁਣ ਇੰਨੀਓ ਬੇਨਤੀ ਇਸ ਗੱਲ ਦਾ ਜਦੋਂ ਹਰਿਆਸ ਸਾਹਿਬ ਜੀ ਨੂੰ ਪਤਾ ਲੱਗਿਆ ਉਦੋਂ ਹੀ ਗੱਦੀ ਦੇਣ ਤੋਂ ਮਹਾਰਾਜ ਮੁਨਕਰ ਹੋ ਗਏ ਗੱਦੀ ਦੇ ਲਾਇਕ ਜਿਹੜਾ ਗੁਰੂ ਦਾ ਅਪਮਾਨ ਕਰਦਾ ਗੱਦੀ ਨਾਲ ਫਿਰ ਦੋ ਲਾਈਨਾਂ ਲਿਖੀਆਂ ਸੀ ਉਹਨੂੰ ਜਿਹੜਾ ਹੁਕਮਨਾਮਾ ਭੇਜਿਆ ਅੱਜ ਤੋਂ ਸਾਡੇ ਮੱਥੇ ਨਹੀਂ ਲੱਗਣਾ ਆਪਾਂ ਨੂੰ ਥੋੜ੍ਹੇ ਜਿਹੇ ਗੱਲਾਂ ਤੋਂ ਸਮਝਣਾ ਚਾਹੀਦਾ ਬਾਣੀ ਦਾ ਸਤਿਕਾਰ ਕੀ ਹੈ ਬਸ ਇੰਨੀ ਉਹ ਗੱਲ ਜੇ ਬਾਣੀ ਦਾ ਸਤਿਕਾਰ ਨਹੀਂ ਕੀਤਾ ਤਾਂ ਗੁਰੂ ਹਰਿਰਾਜ ਸਾਹਿਬ ਜੀ ਨੇ ਆਪਣੇ ਪੁੱਤ ਨੂੰ ਨਹੀਂ ਬਖਸ਼ਿਆ ਆਪਾਂ ਤਾਂ ਫਿਰ ਨੇੜੇ ਤੇੜੇ ਵੀ ਨਹੀਂ ਰਵਾਂਗੇ ਅੱਜ ਕਹੇ ਮੱਥੇ ਨਾ ਗਾਹਾਂ ਦੀ ਗੱਲ ਹੋਰ ਔਖੀ ਹੈ ਜੇ ਪੜ੍ਹੋ ਇਹ ਵੀ ਕਹਿ ਦਿੱਤਾ ਜਿਹੜਾ ਸਿੱਖ ਇਹਦੇ ਕੋਲ ਬੈਠੂਗਾ ਉਹ ਵੀ ਸਿੱਖ ਨਹੀਂ ਹੋ ਇਹ ਵੀ ਕਹਿ ਇਹ ਦੋ ਲੈਣਾ ਸਾਨੂੰ ਬਾਣੀ ਦਾ ਸਤਿਕਾਰ ਗੁਰੂ ਮਹਾਰਾਜ ਦਾ ਸਤਿਕਾਰ ਸਿੱਖ ਪਿਆਰਿਓ ਬਹੁਤ ਇੱਥੋਂ ਫਿਰ ਮਹਾਰਾਜ ਨੇ ਬਹੁਤ ਛੋਟੀ ਉਮਰ ਸੀ 5 ਸਾਲ ਦੀ ਗੁਰਗੱਦੀ ਦੀ ਬਖਸ਼ਿਸ਼ ਹੋਈ ਦਾਸ ਨੂੰ ਫਿਰ ਤੁਹਾਡੇ ਚਰ ਧੂਰ ਮਿਲੇ ਨੇ ਮਹਾਂਪੁਰਸ਼ਾਂ ਦੇ ਸਤਸੰਗ ਦੇ ਇਟਲੀ ਜਾਣਾ ਸੀ ਇੰਗਲੈਂਡ ਤੋਂ ਹੀ ਦਾਸ ਕਿਉਂਕਿ ਕੋਈ ਸਰੀਰਕ ਅਵਸਥਾ ਠੀਕ ਨਹੀਂ ਸੀ ਉੱਥੋਂ ਹੀ ਵਾਪਸ ਆਉਣਾ ਪਿਆ ਹੁਣ ਵੀ ਲੱਗੇ ਹੋਏ ਨੇ ਭਾਈ ਜੇਕਰ ਸੂਰਾਂ ਕੋਈ ਡਾਕਟਰ ਟੋਲਦੇ ਫਿਰ ਥੋੜ੍ਹਾ ਕਰਾਉਂਦੇ ਇਲਾਜ ਅਤੇ ਬੜਾ ਇਲਾਜ ਤਾਂ ਇਹੀ ਹੈ ਜੇ ਜਦੋਂ ਮਹਾਂਪੁਰਸ਼ਾਂ ਨੇ ਭਜਨ ਕਰਤਾ ਗੋਲੀਆਂ ਮਿਲ ਜਾਣੀਆਂ ਅੱਜ ਫਿਰ ਕੋਈ ਸਤਨਾਮ ਉਹਨਾਂ ਦੀ ਦ੍ਰਿਸ਼ਟੀ ਵੀ ਅੱਗੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਜਦੋਂ ਮੈਨੂੰ ਜਵਾਬ ਦੇ ਦਿੱਤਾ ਸੀ ਐਡੀ ਕਿਰਪਾ ਕੀਤੀ ਮਹਾਂਪੁਰਸ਼ ਘਰ ਗਏ ਸੰਗੀ ਵੀ ਨਾਲ ਸੀ ਬ੍ਰਹਮਟ ਮੈਂ ਤਾਂ ਉਦੋਂ ਹੇਠੇ ਪਿਆ ਸੀ ਡੇਢ ਘੰਟਾ ਦੋ ਘੰਟਾ ਦਰਸ਼ਨ ਦਿੱਤੇ ਆਪ ਜਾ ਬਚਨ ਬਣਾ ਮੈਨੂੰ ਕਹਿੰਦੇ ਕਿਵੇਂ ਹੈ ਮੈਂ ਕਿਹਾ ਜੀ ਹੁਕਮ ਹੈ ਅਕਾਲ ਪੁਰਖ ਦਾ ਬਸ ਇੱਕੋ ਬਚਨ ਕਿਹਾ ਕਹਿੰਦੇ ਜੇ ਉਹਦਾ ਹੁਕਮ ਹੈ ਫਿਰ ਤਾਂ ਠੀਕ ਹੀ ਹੋਊਗਾ ਇੰਨਾ ਹੀ ਬਚਨ ਕਿਹਾ ਜੇ ਕਹਿੰਦੇ ਉਹਦਾ ਹੁਕਮ ਹੈ ਤਾਂ ਕਹਿੰਦੇ ਖਰਾਬ ਹੁੰਦੇ ਜੀ ਠੀਕ ਹੈ ਅਤੇ ਜਦੇ ਉਹਨਾਂ ਨੇ ਦਿੱਲੀ ਫੋਨ ਕੀਤਾ ਦੇਖੋ ਕਿੰਨੇ ਬ੍ਰਹਮ ਗਿਆਨੀ ਸਦਾ ਭਲਾ ਸੋਚਦਾ ਇਹੀ ਗੁਣ ਦਿੱਲੀ ਭਾਈ ਧਰਮਪਾਲ ਸਿੰਘ ਜੀ ਨੂੰ ਫੋਨ ਕੀਤਾ ਹੁਣੇ ਹੀ ਸੰਪੜ ਖੰਡ ਪਾਠ ਮੈਂ ਇੱਥੇ ਸੀ ਅਤੇ ਮੈਨੂੰ ਬਚਨ ਕੀਤਾ ਚਾਹੇ ਕਿਸੇ ਹੱਥ 'ਚ ਹੋ ਇੱਕ ਰਾਤ ਜ਼ਰੂਰ ਜਾ ਕੇ ਪਾਠ ਸੁਣ ਨਾਲੇ ਉੱਥੇ ਹਾਜ਼ਰੀ ਵਾਹਿਗੁਰੂ ਦੇ ਨਾਮ ਦੀਆਂ ਦਾਤਾਂ ਨੇ ਜੇ ਬਖਸ਼ਿਆ ਨੇ ਗੁਰਸਿੱਖ ਸੋ ਇੱਧਰ ਭਾਈ ਤੁਹਾਡੇ ਸੈਕਟਰੀ ਜੀ ਨੇ ਗੁਰਮੁਖ ਪਿਆਰੇ ਉਹ ਬੜੇ ਦਿਨ ਰਾਤ ਹੀ ਉਹਦਾ ਬਚਨ ਜਦੋਂ ਵੀ ਲੋੜ ਹੋਵੇ ਇੱਥੇ ਸੇਵਾਦਾਰ ਨੇ ਸੇਵਾ ਕਰਦੇ ਬਾਬਾ ਜੀ ਨੇ ਸੇਵਾ ਬਖਸ਼ੀ ਗੁਰਸਿੱਖ ਪਿਆਰੇ ਹੁਣ ਉਹ ਮੈਨੂੰ ਰਸਤੇ 'ਚ ਕਹਿੰਦੇ ਸੀ ਕਿਉਂਕਿ ਮੈਂ ਐਤਵਾਰ ਤੱਕ ਇੱਥੇ ਆਇਆ ਉਸ ਤੋਂ ਬਾਅਦ ਦੇਖਾਂਗੇ ਵੀ ਇਟਲੀ ਜਾਣਾ ਕਿ ਨਹੀਂ ਸਰੀਰ ਜਿਵੇਂ ਹੋਇਆ ਸੋ ਕਿਰਪਾ ਕਰਿਓ ਬਖਸ਼ਿਸ਼ ਕਰਨ ਫਿਰ ਕੱਲ੍ਹ ਨੂੰ ਫਿਰ ਤੁਹਾਡੇ ਦਰਸ਼ਨ ਕਰੀਏ ਐਤਵਾਰ ਤੱਕ ਪਰ ਤੁਹਾਡੀ ਕਿਰਪਾ ਗੁਰੂ ਮਹਾਰਾਜ ਦੀ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਫਿਰ ਇੱਥੋਂ ਹੀ ਆਪਾਂ ਹਰਕ੍ਰਿਸ਼ਨ ਸਾਹਿਬ ਜੀ ਦਾ ਅਮਰ ਇਤਿਹਾਸ ਵਿਚਾਰਾਂਗੇ ਪੜ੍ਹੋ ਹਰ ਜਸ ਗਾਇਓ ਸੰਤ